सो कैनेडा की गल करिए एडमिशन्स उपर पूरा जोर चल रहा है, स्टूडेंट्स बहुत सारे अपने माइंड लैके क्लीयर भी ने, पर कुछ दिया कन्फ्यूजनस हले भी बनिया हुई ने। सपटेंबर इनटेक ऑलमोस्ट फुल हो चुके हैं, सारे फोकस कर रहे हैं जनवरी 2024 से, पर इतने बहुत खास गल कोर्सिज़ लैके भी अज आप गल करनी है किड़े वो कोर्सिज ने जिस दी अगों अपना फ्यूचर जरा तो ब्राइट देखो ही ना, तो सैटलमेंट में भी थोड़ा कोर्स थोड़ी मदद करे, चाहे कि तुम मैडिकल स्ट्रीम तो हो चाहे कि इंजीनियरिंग बैकग्राउंड है, उसे भी अगे कि कोर्सेज की सही ढंग से सिलेक्शन करो। बहुत खास रहने वाली अज की वीडियो, बहुत बहुत स्वागत है तुहाडा सारिआं दा, मैं हाँ हरजोत कौर, अज एक खास गल्लां खास जानकारी तुहाडे नाल सांझी करनगे नैविगेटर ओवरसीज सो वीज़ा एक्सपर्ट मिसेज वीना गोयल मैम साढ़े नाल ने, बहुत बहुत स्वागत है मैम, सत श्री अकाल। सत श्री अकाल सारिआं नूं। जी मैम, आप जिमें जनवरी 2024 से फोकस करदे हो, स्टूडेंट्स एडमिशन तो पहला कोर्स नू लैके कन्फ्यूज हो जाते हैं, कोर्सिस की अगर सिलेक्शन सही ना हुई होवे रिफ्यूजल भी फेस करनी पै जाती है। मैं जरूर इतने चाहूँगी कि किड़े अगर आप खास कोर्सिस की गल करिए जिस आने वाले समय के स्टूडेंट्स अपना फ्यूचर भी ब्राइट देखन, सैटलमेंट में भी उन्होंने कोर्स उन्हों की हैल्प कर सके, तो किड़े कोर्सिस सुजैसट करोगे? ਕਿਹੜੇ ਕੋਰਸਿਸ ਸੁਜੈਸਟ ਕਰੋਗੇ? ਇਹ ਇੰਡੀਵਿਜੁਅਲ ਚਾਇਸ ਹੁੰਦੀ ਹੈ ਹਰਜੋਤ, ਮੰਨ ਲਓ ਬੱਚੇ ਦਾ ਜਦ ਵੀ ਸਟੂਡੈਂਟ ਸਾਡੇ ਕੋਲ ਆਉਂਦਾ ਅਸੀਂ ਪੁੱਛਦੇ ਹਾਂ ਕਿ ਉਹ ਕੀ ਕਰਨਾ ਚਾਹੁੰਦਾ, ਕਿਉਂਕਿ ਜੋ ਚੀਜ਼ ਉਹ ਕਰਨਾ ਚਾਹੁੰਦਾ ਨਾ ਉਹਦੇ ਵਿੱਚ ਹਮੇਸ਼ਾ ਸਕਸੈਸਫੁਲ ਹੋਏਗਾ। ਜੇ ਜ਼ਬਰਦਸਤੀ ਕੋਈ ਚੀਜ਼ ਦਿੱਤੀ ਜਾਏ ਨਾ ਉਹਦੇ ਵਿੱਚ ਸਟੂਡੈਂਟ ਕਦੇ ਸਕਸੈਸਫੁਲ ਨਹੀਂ ਹੋ ਸਕਦਾ, ਕਿਉਂਕਿ ਉਹਦਾ ਮਨਪਸੰਦ ਕੋਰਸ ਨਹੀਂ ਹੁੰਦਾ ਔਰ ਉਹਦੇ ਵਿੱਚ ਬਹੁਤ ਸਾਰੀ ਫੇਲੀਅਰ ਵੀ ਆਉਂਦੀਆਂ। ਹੁਣ ਜੇ ਕੋਰਸ ਕਿਹੜੇ ਕਰੋਗੇ ਅਸੀਂ ਗਾਈਡ ਕਰਦੇ ਹਾਂ, ਉਹਦੇ ਵਿੱਚ ਨੈਚੁਰਲ ਆ ਕਿ ਜਿਹੜੇ ਬੱਚੇ ਨੋਨ ਮੈਡੀਕਲ ਦੇ ਹੁੰਦੇ ਉਹਨਾਂ ਦੇ ਕੋਲ ਬਹੁਤ ਸਾਰੇ ਰਸਤੇ ਹੁੰਦੇ ਆ, ਇੰਜੀਨੀਅਰਿੰਗ ਤੋਂ ਰਿਲੇਟਡ, ਪੈਟਰੋਲੀਅਮ ਇੰਜੀਨੀਅਰਿੰਗ ਕਰ ਲਈ, ਆਟੋਮੈਟਿਵ ਇੰਜੀਨੀਅਰਿੰਗ ਕਰ ਲਈ, ਅੱਜ ਕੱਲ੍ਹ ਤੁਹਾਡੇ ਜਿਹੜੇ ਆ ਸਾਈਬਰ ਸਿਕਿਉਰਿਟੀ IT ਤੋਂ ਰਿਲੇਟਡ ਬਹੁਤ ਸਾਰੇ ਕੋਰਸ ਆ, ਆਰਟੀਫਿਸ਼ਲ ਇੰਟੈਲੀਜੈਂਸ ਹੈ, ਠੀਕ ਹੈ, ਅਤੇ ਇੱਦਾਂ ਦੇ ਕੋਰਸਿਸ ਜਿਹੜੇ ਆ ਸਟੂਡੈਂਟ ਨੂੰ ਗੇਮ ਡਿਵੈਲਪਮੈਂਟ ਆ ਬਹੁਤ ਜ਼ਿਆਦਾ ਅੱਛੀ ਜੋਬਸ ਦੇ ਰਹੇ ਆ ਔਰ ਬਹੁਤ ਹੀ ਉਹਨਾਂ ਦੇ ਸੈਲਰੀ ਪੈਕੇਜਿਸ, ਮੰਨ ਲਓ ਇੱਕ ਆਰਡਨਰੀ ਜਿਹੜੀ ਕੋਰਸ ਕਰਕੇ ਬੱਚਾ 50,000 ਲੈਂਦਾ ਹੈ ਅਤੇ ਸਪੈਸ਼ਲਾਈਜ਼ਡ ਕੋਰਸ ਕਰਕੇ 80-90,000 ਦੀ ਉਹਦੀ ਜੋਬ ਹੁੰਦੀ ਹੈ। ਔਰ ਸਭ ਤੋਂ ਵੱਡਾ ਪਲੱਸ ਪੁਆਇੰਟ ਕੀ ਹੈ ਕਿ ਉਹ ਬੰਦੇ ਘੱਟ ਮਿਲਦੇ ਆ ਇੰਡਸਟਰੀ ਦੇ ਵਿੱਚ, ਅਤੇ ਇਹਨਾਂ ਦਾ ਕੋਰਸ ਕੰਪਲੀਟ ਹੋਣ ਦੇ ਸਾਰ ਹੀ ਜਿਹੜੀ ਹੈ ਜੋਬ ਇਹਨਾਂ ਨੂੰ ਰੈਡੀ ਇਨ ਹੈਂਡ ਹੁੰਦੀ ਹੈ। ਜੇ ਸਟੂਡੈਂਟ ਇਹ ਸਮਝ ਜਾਏ ਨਾ ਤਾਂ ਫਿਰ ਤਾਂ ਸ਼ਾਇਦ, ਲੇਕਿਨ ਜਿਸ ਟਾਈਮ ਉਹ ਪੜ੍ਹ ਰਿਹਾ ਉਸ ਟਾਈਮ ਉਹਨਾਂ ਨੂੰ ਇਹ ਦੇਖਣਾ ਕਿ ਉਹਨਾਂ ਦਾ ਇੰਟਰਸਟ ਕੀ ਹੈ। ਮੰਨ ਲਓ ਇੱਕ ਬੱਚਾ ਜਿਹੜਾ ਹੈ ਉਹਦਾ ਇੰਟਰਸਟ ਹੋਸਪਿਟੈਲਿਟੀ ਟੂਰਿਜ਼ਮ ਦਾ ਹੈ ਔਰ ਉਹਨੂੰ ਜ਼ਬਰਦਸਤੀ ਤੁਸੀਂ ਕੋਈ ਸਾਈਬਰ ਸਿਕਿਉਰਿਟੀ ਦੇ ਦਿਓਗੇ ਤਾਂ ਉਹ ਕਦੀ ਸਕਸੈਸਫੁਲ ਨਹੀਂ ਹੋ ਸਕਦਾ, ਕਿਉਂਕਿ ਉਹਦਾ ਕੱਪ ਆਫ ਟੀ ਨਹੀਂ ਹੈ, ਉਹਨੂੰ ਪਸੰਦ ਨਹੀਂ ਕਰ ਰਹੇ, ਉਹ ਜ਼ਬਰਦਸਤੀ ਪੜ੍ਹ ਰਹੇ ਔਰ ਜਿਹੜੀ ਚੀਜ਼ ਜ਼ਬਰਦਸਤੀ ਪੜ੍ਹੀ ਜਾਏ ਉਹ ਕਦੀ ਉਹਨੂੰ ਉਹ ਅੰਡਰਸਟੈਂਡ ਨਹੀਂ ਕਰੇਗਾ, ਜੋਬ 'ਚ ਸਕਸੈਸਫੁਲ ਨਹੀਂ ਹੋਏਗਾ। ਇਸ ਕਰਕੇ ਫਸਟ ਉਹਨਾਂ ਦਾ ਰੁਝਾਨ ਇਹ ਹੋਣਾ ਚਾਹੀਦਾ ਕਿ ਮੈਂ ਕਰਨਾ ਕੀ ਚਾਹੁੰਦਾ। ਮੰਨ ਲਓ ਇੱਕ ਬੱਚਾ ਅਕਾਊਂਟੈਂਟ ਬਣਨਾ ਚਾਹੁੰਦਾ, ਉਹਨੂੰ ਕਮਰਸ 'ਚ ਇੰਟਰਸਟ ਹੈ, ਉਹਨੂੰ ਅਕਾਊਂਟੈਂਟ ਅਕਾਊਂਟੈਂਸੀ ਦੀ ਲਾਈਨ 'ਚ ਹੀ ਜਾਣਾ ਚਾਹੀਦਾ, ਕਿਉਂਕਿ ਉਹਦੇ ਵਿੱਚ ਬਹੁਤ ਸਕਸੈਸਫੁਲ ਹੋਏਗਾ, ਜੋਬ ਅੱਛੀ ਹੋਏਗੀ, ਕਿਉਂਕਿ ਉਹਦਾ ਬਹੁਤ ਮਨਪਸੰਦ ਦਾ ਕੋਰਸ ਹੈ। ਤੁਸੀਂ ਵੀ ਦੇਖੋ ਕੋਈ ਵੀ ਬੰਦਾ ਕਿੱਧਰੇ ਜੋਬ ਕਰ ਰਿਹਾ ਹੋਏ, ਕੈਰੀਅਰ 'ਚ ਉਹ ਸਕਸੈਸਫੁਲ ਕਦ ਹੁੰਦੇ ਆ ਜਦ ਉਹ ਉਸ ਜੋਬ ਨੂੰ ਬਹੁਤ ਅੱਛੀ ਤਰ੍ਹਾਂ ਪਰਫੋਰਮ ਕਰ ਰਹੇ ਹੈ, ਉਹ ਆਪਣੀ ਉਸਦੀ ਇੰਡਸਟਰੀ ਦੇ ਵਿੱਚ ਲੀਡਰ ਹੈ, ਉਹਨਾਂ ਦੇ ਉਹਨਾਂ ਨੂੰ ਜੋਬ ਦੀ ਕਮੀ ਨਹੀਂ ਹੈ, ਬਲਕਿ ਬੰਦੇ ਜਿਹੜੇ ਇੰਡਸਟਰੀਜ਼ ਹੈ ਉਹ ਇਹੋ ਜਿਹੇ ਬੰਦਿਆਂ ਨੂੰ ਲੱਭਦੀ ਹੈ ਕਿ ਜਿਹੜੇ ਸਪੈਸ਼ਲਾਈਜ਼ਡ ਬੰਦੇ ਹੈ। ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕਹੀਏ, ਅਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਨੋਨ ਮੈਡੀਕਲ ਵਾਲਿਆਂ ਲਈ ਬਹੁਤ ਸਾਰੇ ਦਰਵਾਜ਼ੇ ਖੁੱਲ੍ਹੇ ਨੇ, ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਨੇ, ਆਪਾਂ ਮੈਡੀਕਲ ਵਾਲੇ ਸਟੂਡੈਂਟਸ ਦੀ ਜੇਕਰ ਗੱਲ ਕਰਦੇ ਹਾਂ ਜਾਂ ਮੈਂ ਜੋ ਪਹਿਲਾਂ ਗੱਲ ਕੀਤੀ ਇੰਜੀਨੀਅਰਿੰਗ ਬੈਕਗਰਾਊਂਡ ਸਟੂਡੈਂਟਸ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਕਿਸ ਢੰਗ ਦੇ ਨਾਲ ਸਿਲੈਕਸ਼ਨ ਕਰਨੀ ਚਾਹੀਦੀ ਹੈ ਕੋਰਸਿਸ ਦੀ? ਦੇਖੋ ਜਿੱਦਾਂ ਨੋਨ ਇਹਦੇ ਆਪਾਂ ਹੈਲਥ ਵਾਲੀ ਗੱਲ ਕਰੀਏ ਅਤੇ ਹੈਲਥ ਮੈਨੇਜ ਬੈਚੁਲਰ ਇਨ ਹੈਲਥ ਮੈਨੇਜਮੈਂਟ ਜਾਂ ਡਿਪਲੋਮਾ ਇਨ ਹੈਲਥ ਮੈਨੇਜਮੈਂਟ, ਠੀਕ ਹੈ, ਕਮਿਊਨਿਟੀ ਸਰਵਿਸ ਔਰ ਸਭ ਤੋਂ ਅੱਛਾ ਨਰਸਿੰਗ। ਅੱਛਾ, ਨਰਸਿੰਗ ਦੇ ਵਾਸਤੇ ਕੀ ਹੈ, ਜ਼ਿਆਦਾਤਰ ਕਾਲਜਿਸ ਦੇ ਵਿੱਚ ਜਿਹੜੀ ਹੈ ਮੈਥ ਦੀ ਰਿਕੁਆਇਰਮੈਂਟ ਹੈ, ਬਟ ਸਾਡੇ ਕੋਲ ਕਾਲਜਿਸ ਹੈ ਜਿਨ੍ਹਾਂ ਦੇ ਵਿੱਚ ਮੈਥ ਦੀ ਰਿਕੁਆਇਰਮੈਂਟ ਨਹੀਂ ਹੈ, ਗਵਰਨਮੈਂਟ ਕਾਲਜਿਸ ਹੈ, ਅਤੇ ਤੁਸੀਂ ਉਹਨਾਂ ਦੇ ਵਿੱਚ ਅਪਲਾਈ ਕਰ ਸਕਦੇ ਹੋ। ਹੁਣ ਇੱਕ ਬੱਚਾ ਕੱਲ੍ਹ ਮੇਰੇ ਕੋਲ ਆਇਆ ਜਿਹਦਾ ਇੱਕ 'ਚ 5.5 ਸੀਗਾ, 6 ਬੈਂਡ ਓਵਰਆਲ ਸੀਗੇ, ਰਿਜੈਕਸ਼ਨ ਸੀਗਾ। ਉਹਨਾਂ ਬੱਚਿਆਂ ਨੂੰ ਅਸੀਂ ਗਾਈਡ ਕਰਦੇ ਹਾਂ ਕਿ ਤੁਸੀਂ ਇੰਨਾ ਰਿਸਕ ਨਾ ਲਓ, ਤੁਸੀਂ ਕੁਛ ਇੱਦਾਂ ਦੇ ਪ੍ਰੋਗਰਾਮ ਕਰੋ ਜਿਹਦੇ ਵਿੱਚ ਤੁਹਾਡਾ ਰਿਸਕ ਨਾ ਹੋਏ, ਜਸਟ ਅੰਬੈਸੀ ਫੀਸ ਪੇ ਕਰੋ ਔਰ ਤੁਸੀਂ ਫਾਈਲ ਲਗਾਓ। ਕੋਰਸਿਸ ਬਹੁਤ ਅੱਛੇ ਹੈ, ਸਪਲਾਈ ਚੇਨ ਮੈਨੇਜਮੈਂਟ ਹੈ ਜਿੱਦਾਂ, ਉਹ ਕੋਰਸ ਇੱਕ ਬਹੁਤ ਅੱਛਾ ਕੋਰਸ ਹੈ, ਸਪਲਾਈ ਚੇਨ ਮੈਨੇਜਮੈਂਟ। ਜੇ ਆਪਾਂ ਕਮਰਸ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਾਸਤੇ ਇੱਕ ਬਹੁਤ ਅੱਛਾ ਇਹ ਕੋਰਸ ਹੋ ਜਾਂਦਾ ਹੈ। ਹੈਲਥ ਵਾਸਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਰਸਿੰਗ ਦਾ ਬਹੁਤ ਅੱਛਾ ਕੋਰਸ ਹੈ, ਬੱਚਾ ਕਿੱਥੇ ਫਸਦਾ ਕਿ ਮੇਰਾ ਜਿਹੜਾ ਮੈਥ ਨਹੀਂ ਹੈ, ਉਹ ਵੀ ਸਾਡੇ ਕੋਲ ਆਪਸ਼ਨ ਹੈ, ਵਿਦਆਊਟ ਮੈਥ ਅਸੀਂ ਸੀਟ ਦੇ ਸਕਦੇ ਹਾਂ, ਜੈਨ ਦੀ ਸੀਟ ਸਾਡੇ ਕੋਲ ਅਵੇਲੇਬਲ ਹੈ। ਇੰਜੀਨੀਅਰਿੰਗ ਦੇ ਬੱਚੇ ਜਿਹੜੇ ਆ, ਹੁਣ ਤੁਸੀਂ ਦੇਖੋ ਕਿ ਇੰਜੀਨੀਅਰਿੰਗ ਅਤੇ ਸਿਵਿਲ ਇੰਜੀਨੀਅਰਿੰਗ ਦੇਖ ਲਓ, ਹਰ ਜਗ੍ਹਾ ਬਿਲਡਿੰਗ ਬਣ ਰਹੀ ਹੈ,
ठीक है, कंस्ट्रक्शन हर जगह हो रही है, पॉपुलेशन वध रही है, तो वो तो हमेशा ही डिमांड च रहेंगे। हुण जे इलैक्ट्रीकल की गल करिए, नैचुरल बिल्डिंग बन रही है, इन्ने बड़े बड़े प्रोजेक्ट बन रहे हैं, मिलियन मिलियन डॉलर के गवर्नमेंट प्रोजेक्ट्स बना रही हैं, वड्डे वड्डे मॉल बन रहे हैं, तो नैचुरल इन चीज़ों तो रिलेटिड जो इलैक्ट्रीकल है तो वह भी हमेशा डिमांड च रहेगा। तो ये जो कोर्सिज है हेल्थ तो रिलेटिड भी है, इंजीनियरिंग तो रिलेटिड, या फिर तुम IT तो रिलेटिड, IT तो हमेशा ही इस टाइम टॉप से चल रहे, साइबर सिक्योरिटी हो गया, आर्टिफिशियल इंटैलीजेंस हो गया, तुहाडा क्लाउड कंप्यूटिंग हो गया, डेटा एनालिसिस। हम डेटा एनालिसिस जिहड़ा वो कॉमर्स का बच्चा भी लै सकता है, बिल्कुल वो भी बहुत। यही तो मैं शुरू च किया कि बच्चे का आपका इंटरस्ट की है, कोर्सिज तो बहुत सारे है। हुण तुसीं हॉस्पिटैलिटी मैनेजमेंट टूरिज्म देखो कि वो इदा के ऑप्शन है, 6 महीने पढ़ो 6 महीने काम करो, 6 महीने पढ़ो 6 महीने काम करो, कि बच्चे जिन्ना खर्च कर रहे उन्ना कमा रहे हैं, सैकेंड समेस्टर की फीस आप कट रहे हैं और फिर नैक्सट समेस्टर की फीस जी पे करके फिर उन्हें कमा लिया, तो इदा के ऑप्शन बहुत ज़्यादा है। लेकिन स्टूडेंट का आपका इंट्रस्ट की है, वह की करना चाहता है, जो असं फोर्स करिए नहीं तू पैसे वास्ते ये कोर्स कर लै, मस्ट भी वास्ते ठीक ना हो जी। बिल्कुल, देखो इसलिए कोर्स सिलेक्शन बहुत खास होंगी है, स्टूडेंट का अपना इंटरस्ट कितने है, उसकी परसेंटेज की कहती है, सो ये चीज़ों का कंबीनेशन करके एक चंगा कंसल्टेंट तुहानू राइट ऑप्शनस वाल अगे लैके जाता। सो जनवरी 2024 एडमिशन्स लगातार चल रही ने, स्टूडेंट्स नू देरी बिल्कुल नहीं करनी चाहिए, क्योंकि 10 अगस्त बाद जो जे नवे रूल्स जोड़े है एप्लीकेबल होने तो बाद रश एकदम होर वधना ही है। सो टाइमली अपना एडमिशन प्रोसैस तुसी जरूर शुरू कर दो, एक चंगे कंसल्टेंट माहिर कंसल्टेंट की सलाह के नाल। कोई थोड़ा अपना सवाल है, नंबर डिस्प्ले है, नैविगेटर ओवरसीज़ की टीम के नाल टाइमली कॉन्टैक्ट करके पूरी जानकारी तुसी जरूर लै सकते हो। तो मैम थोड़ा बहुत बहुत धन्यवाद, तुसी अज कोर्सिस नू लैके बहुत क्लैरिटी जो है स्टूडेंट्स को दी है, तो असं अगों भी स्टूडेंट्स लिए होर इनफॉर्मेटिव वीडियोज़ लैके आते रहेंगे। आज लिए सानू फिलहाल दिओ जी इजाजत, थैंक यू सो मच। थैंक यू।